श्रीकाल जी, मैं थोड़ा अपना सतनाम सिंह है जी, 5.5 बैंड वाला। अज थोनों लेके आया एक मेरे शहर का मित्र आया, फतेहगढ़ साहब का, सरहद का चाहे कह लो। तो मेरा भरा किमें आया, पुर्तगाल यूक्रेन राही आया। पहला थोड़ा मैं दस दवा कि यूक्रेन किमें आया, तो वह आप हम स्वागत करते हैं। हाँ जी मेरा भरा हैरी, की हाल चाल है जी? हाँ जी सत श्री अकाल सारे, सत श्री अकाल। से तो वधिया, ओके रिपोर्ट। हाँ चढ़ती कला भी तुसी ठीक है रिपोर्ट साहब। ते मेरा भरा यार, सब तो पहला बहुत बहुत मुबारकां तन्नू यार, तू तो मेरे तो पहला आया होया ना पुर्तगाल दे विच। आहो पुर्तगाल ही मैं मोस्टली अपना सरहंद तो 5 साल पहले ही निकल गया सी। 5 साल पहला निकल गया सी। ते मतलब किवें आया तू पुर्तगाल दे विच, बाया किधर नू आया, लोकी जिवें डोंकी लागन है, मैं तैनू पता किवें आया। मैं एक्चुअली ना मैं अपना 2019 स्टार्टिंग दे विच ही आ गया सी अपना यूक्रेन। ਅਤੇ ਉੱਧਰ ਏਜੰਟ ਮੋਸਟਲੀ ਇਹੀ ਕਹਿੰਦੇ ਹੁੰਦੇ ਆ ਵੀ ਯੂਕਰੇਨ ਦਾ ਮੋਸਟਲੀ ਹੈਗਾ ਯੂਰੋਪ ਦੇ ਵਿੱਚ, ਬਟ ਸ਼ੈਨਗਨ ਦੇ ਵਿੱਚ ਨੀਗਾ। ਹਾਂ ਲੋਕੀ ਕਹਿ ਕੇ ਭੇਜਦੇ ਨੇ ਵੀ ਯੂਰੋਪ ਚ ਆਹੋ, ਯੂਰੋਪ ਚ ਜਿਹੜਾ ਬੰਦਾ ਇੰਡੀਆ ਰਹਿੰਦਾ ਨਾ, ਸਭ ਤੋਂ ਬੜੀ ਗੱਲ ਹੈ ਵੀ ਏਜੰਟ ਜਿਹੜਾ ਉਹਨਾਂ ਨੂੰ ਹਨੇਰੇ 'ਚ ਰੱਖਦੇ ਆ, ਹਨੇਰੇ 'ਚ ਰੱਖਦੇ ਵੀ ਯੂਰੋਪ ਯੂਕਰੇਨ ਹੁਣ 6 ਮਹੀਨੇ ਤੱਕ ਸ਼ੈਨਗਨ ਦੇ ਵਿੱਚ ਆਉਣਾ, ਉੱਥੋਂ ਦਾ ਵੀਜ਼ਾ ਲੱਗਣਾ ਬੜਾ ਸੌਖਾ ਹੈ। ਚਲੋ ਯੂਕਰੇਨ ਤੋਂ ਤੁਹਾਨੂੰ ਐਂਟਰੀ ਦਵਾ ਦਾਂਗੇ, ਐਂਟਰੀ ਦਵਾ ਦਾਂਗੇ। ਅੱਧੀ ਗੱਲ ਦੱਸਦੇ ਆ, ਜਦ ਜਿਹੜਾ ਬੰਦਾ ਯੂਕਰੇਨ ਆਇਆ ਤਾਂ ਯੂਕਰੇਨ ਆਉਣ ਤੋਂ ਬਾਅਦ ਉਹਨੂੰ ਪਤਾ ਚੱਲਦਾ ਵੀ ਇੱਥੇ ਤਾਂ ਕੱਖ ਨਹੀਂ, ਕੱਖ ਨਹੀਂ। ਸ਼ੈਨਿੰਗਨ ਅਤੇ ਯੂਕਰੇਨ ਦਾ ਕੋਈ ਇੰਨਾ ਤਗੜਾ ਲਿੰਕ ਹੈ ਨਹੀਂ, ਤੁਸੀਂ ਜਾ ਨਹੀਂ ਸਕਦੇ। ਹਾਂ ਇਸ ਟਾਈਮ ਨਾਲੇ ਵਾਰ ਚੱਲਦੀ ਪਈ ਹੈ, ਵਾਰ ਚੱਲ ਗਈ, ਹੁਣ ਤਾਂ ਭੁੱਲ ਜਾਓ, ਹੁਣ ਤਾਂ ਖਤਮ ਭੁੱਲ ਜਾਓ। ਜਿਹੜਾ ਨਿਕਲਿਆ ਉਸ ਟਾਈਮ ਨਿਕਲਿਆ, ਤਾਂ ਫਿਰ ਤੇਰੀ ਮਤਲਬ ਫਿਰ ਤੂੰ ਯੂਕਰੇਨ ਦਾ ਤੇਰਾ ਐਕਸਪੀਰੀਅੰਸ ਕੀ ਰਿਹਾ ਉੱਥੇ? ਮੈਂ ਐਕਸਪੀਰੀਅੰਸ ਦੱਸ ਦਿੰਦਾ, ਮੇਰਾ ਮੋਸਟਲੀ ਮੈਂ ਆਇਆ ਤਾਂ ਇੱਧਰ ਸ਼ੈਨਿੰਗਨ ਦੇ ਵਿੱਚ ਸੀਗਾ, ਯੂਕਰੇਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ, ਸਾਰੇ ਪੈਸੇ ਪੂਏ ਕਮਾਉਣ ਆਉਂਦੇ ਆ। ਅਤੇ ਯੂਕਰੇਨ ਤਾਂ ਹੋਈ ਹੈ ਜਿਵੇਂ ਮਲੇਸ਼ੀਆ ਮਲੇਸ਼ੀਆ ਚਲੇ ਗਏ, 1500 ਯੂਰੋ ਤੇ ਆਪਣਾ 40,000 ਕਮਾ ਲਿਆ। 40,000 ਜ਼ਿਆਦਾ ਕਹਿਤਾ ਮੈਂ, ਜੇ ਆਪਾਂ ਰੈਸਟੋਰੈਂਟ ਲਾਈਨ 'ਚ ਚਲੇ ਗਏ ਤਾਂ 35,000 ਕਮਾ ਲਿਆ। ਕਮਾਉਣ ਤੋਂ ਬਾਅਦ ਉਹਦੇ ਸਾਡੇ ਖਰਚੇ ਨੇ, ਆਪਣਾ ਰੂਮ ਰੈਂਟ ਹੋ ਗਿਆ, ਰਾਸ਼ਨ ਪਾਣੀ ਹੋ ਗਿਆ, ਅਤੇ 20,000 ਬਚਦਾ ਸੀ। ਯਕੀਨਨ ਮੈਂ ਗੱਲ ਦੱਸਾਂ ਸੱਚਾਈ ਵੀ, ਮੈਂ ਆਪਣੇ ਇੰਡੀਆ ਘਰੇ ਮੁਸ਼ਕਿਲ ਨਾਲ ਸ਼ਾਇਦ ਹੀ ਕਦੇ ਪੈਸੇ ਭੇਜਦਾ ਸੀ, ਜੇ ਪੈਸੇ ਭੇਜਦਾ ਸੀ ਤਾਂ 10,000-15,000 ਉਹ ਟਾਈਮ ਦੇ ਵਿੱਚ। ਅਤੇ ਉਹਦੇ ਨਾਲ ਤਾਂ ਮੈਨੂੰ ਖੁਦ ਸੰਗ ਆਉਂਦੇ ਸੀ ਯਾਰ ਵੀ 6-6 ਲੱਖ ਰੁਪਇਆ ਲਾ ਕੇ ਆਇਆ, ਵੀ 10-15,000 ਪਾ ਕੇ 15,000 ਕੀ ਫਾਇਦਾ ਹੈ ਨਾ, ਕੀ ਫਾਇਦਾ। ਮੈਂ ਕਦੇ ਕਦੇ ਕੋਨੇ 'ਚ ਬਹਿ ਕੇ ਸੋਚਦਾ ਸੀ ਵੀ ਯਾਰ ਵੀ ਹੈਰੀ ਸਾਲੀ ਸਾਰੀ ਜ਼ਿੰਦਗੀ ਐਵੇਂ ਨਿਕਲੂਗੀ। ਸਹੀ ਗੱਲ ਹੈ ਹੈ ਨਾ। ਅਤੇ ਜ਼ਿਆਦਾ ਹੁਣ ਮੈਂ ਦੱਸਦਾ ਵੀ ਉੱਥੇ ਜਿਹੜੇ ਏਜੰਟ ਹੁਣ ਅੱਗੇ ਹੋਰ ਗੇਮ ਪਾਉਂਦੇ ਸੀਗੇ ਵੀ ਹਾਂ ਫਸੇ ਬੰਦਾ ਹੋਰ ਪੈਸੇ ਖਵਾਵੇ, ਪੈਸੇ ਖਵਾਵੇ। ਉਹ ਕਹਿੰਦੇ ਸੀ ਤੁਸੀਂ ਕੰਟਰੈਕਟ ਮੈਰਿਜ ਕਰਾਓ ਉਰੇ, ਕੰਟਰੈਕਟ ਮੈਰਿਜ ਕਰਾਉਣ ਤੋਂ ਬਾਅਦ ਤੁਹਾਨੂੰ ਉਰੇ 2 ਸਾਲ ਬਾਅਦ ਕਾਰਡ ਮਿਲਣਾ, ਗ੍ਰੀਨ ਕਾਰਡ 10 ਸਾਲ ਦਾ, ਉਸ ਤੋਂ ਬਾਅਦ ਤੁਸੀਂ ਅੰਦਰ ਸ਼ੈਨਗਨ ਦੇ ਵਿੱਚ ਵੀਜ਼ਾ ਲਵਾ ਕੇ ਜਾ ਸਕਦੇ ਹੋ। ਹਾਲੇ ਵੀ ਅੱਧੀ ਗੱਲ ਦੱਸੀ ਉਹਨਾਂ ਨੇ। ਅੱਛਾ, ਅਸਲੀ ਗੱਲ ਇਹ ਹੁੰਦੀ ਵੀ ਜਦ ਤੁਹਾਨੂੰ ਤੁਹਾਡੇ ਕੋਲ ਕਾਰਡ ਆਉਂਦਾ 2 ਸਾਲ ਦਾ, ਉਸ ਤੋਂ ਬਾਅਦ ਵੀ ਏਜੰਟ ਕਹਿੰਦੇ ਵੀ ਵੀਜ਼ਾ ਲੱਗਣਾ ਨੀਗਾ, ਚਾਂਸ ਮੁਸ਼ਕਿਲ ਨੇ। ਤੁਸੀਂ 7,000 USD ਦਿਓ, ਉਸ ਤੋਂ ਬਾਅਦ ਤੁਹਾਡਾ ਵੀਜ਼ਾ ਫੁੱਲ ਐਂਡ ਫਾਈਨਲ ਸ਼ੋਰ ਲਵਾਵਾਂਗੇ, ਤੁਹਾਨੂੰ ਜਿਹੜੀ ਕੰਟਰੀ ਕਹੋਗੇ ਉੱਥੇ ਕੰਟਰੀ ਪਹੁੰਚਾ ਦਾਂਗੇ। ਮਤਲਬ ਟ੍ਰੈਪ 'ਚ ਫਸਾਉਣ ਦਾ ਇਹ ਸਿਸਟਮ ਨਵਾਂ ਕਰ ਲਿਆ ਸੀ ਯੂਕਰੇਨ ਦੇ ਵਿੱਚ। ਮੋਸਟਲੀ ਮੰਨ ਲਓ ਵੀ ਏਜੰਟ ਗਿਰੀ ਹੀ, ਜਿਹੜਾ ਬੰਦਾ ਨਵਾਂ ਚਲੇ ਗਿਆ, ਪੁਰਾਣਾ ਏਜੰਟ ਉਹਨੂੰ ਕਹਿ ਦਿੰਦਾ ਭਰਾਵਾ ਦੇਖ ਐਂ ਤੇਰੇ ਪੈਸੇ ਪੂਰੇ ਹੋਣੇ ਨਹੀਂ, ਏਜੰਟ ਗਿਰੀ ਕਰ ਤੇਰੇ ਪੈਸੇ ਪੂਰੇ ਹੋਣਗੇ। ਸਾਫ਼ ਸਿੱਧੀ ਗੱਲ ਹੈ, ਮੈਂ 3 ਸਾਲ ਉੱਥੇ ਕੱਟ ਲਏ, ਮੈਂ ਤਾਂ ਕੱਟ ਲਏ ਕਿਉਂਕਿ ਮੈਨੂੰ ਏਜੰਟ ਗਿਰੀ ਨਹੀਂ ਕਰਨੀ ਆਉਂਦੀ ਸੀ, ਜੇ ਮੈਂ ਕਰਦਾ ਸੀ ਮੈਨੂੰ ਨਹੀਂ ਪੈਸਾ ਉਹ ਪਚਦਾ ਸੀਗਾ, ਸਾਫ਼ ਸਿੱਧੀ ਗੱਲ ਹੈ। ਤਾਂ 3 ਸਾਲ ਮੈਂ ਉੱਥੇ ਆਪਣਾ ਟਾਈਮ ਵੇਟ ਕਰਿਆ, ਪਤਾ ਨਹੀਂ ਸ਼ਾਇਦ ਕੋਈ ਮੈਂ ਪੁੰਨ ਕਰੇ ਹੋਣੇ ਜਾਂ ਫਿਰ ਮੈਂ ਇਸ ਦਿਨ ਦਾ ਵੇਟ ਕਰ ਰਿਹਾ ਸੀ ਵੀ ਚੰਗਾ ਦਿਨ ਆਊਗਾ ਅਤੇ ਮੈਂ ਮੂਵ ਹੋ ਜੂੰਗਾ। ਬਟ ਕਹਿੰਦੇ ਨੇ ਦਾਣੇ ਦਾਣੇ 'ਤੇ ਲਿਖਿਆ ਖਾਣ ਵਾਲੇ ਦਾ ਨਾਮ। ਮੈਂ ਜਦ ਉਰੇ ਆਉਣ ਤੋਂ ਪਹਿਲਾਂ 3 ਸਾਲ ਹਲੇ ਪੂਰੇ ਹੋ ਜਾਣੇ ਸੀ ਅਤੇ ਮੈਨੂੰ ਕਾਰਡ ਵੀ ਮਿਲ ਜਾਣਾ ਸੀਗਾ ਉਰੇ ਦਾ, ਆਪਣਾ ਪੁਰਤਗਾਲ ਯੂਕਰੇਨ ਦਾ ਕਾਰਡ ਮਿਲ ਜਾਣਾ ਸੀ ਯੂਕਰੇਨ ਵਾਲਾ। ਅਤੇ ਮੈਂ ਘਰ ਦੇ ਦੁਖੀ ਹੋ ਗਏ ਵੀ ਨਾ ਪੈਸੇ ਭੇਜ ਰਿਹਾ, ਕੁਛ ਵੀ ਨਹੀਂ ਕਰ ਰਿਹਾ। ਅਤੇ ਮੇਰਾ ਛੋਟਾ ਭਰਾ ਹੋਂਗਕੋਂਗ ਦੇ ਵਿੱਚ ਆ, ਉਹ ਕਹਿੰਦਾ ਤੂੰ ਮੇਰੇ ਕੋਲ ਆਇਆ, ਮੈਂ ਤੁਹਾਨੂੰ ਸੱਦ ਲੈਣਾ ਕਿਉਂਕਿ ਉਹਦੇ ਕੋਲ ਹੈਗੇ ਉੱਥੇ ਦੀ ਰੈਜ਼ੀਡੈਂਸੀ। ਰੈਜ਼ੀਡੈਂਸੀ ਹਾਂ ਦੱਸਿਆ ਸੀ ਤੁਹਾਨੂੰ ਮੈਨੂੰ। ਅਤੇ ਮੈਂ ਉਹਦੇ ਕੋਲ ਚੱਲਾ ਸੀਗਾ, ਮੈਂ ਕਿਹਾ ਚੱਲ ਯਾਰ ਮੇਰੀ ਸੈਲਰੀ ਫਸੀ ਹੋਈ ਸੀਗੀ ਜਿੱਥੇ ਮੈਂ ਜੋਬ ਕਰਦਾ ਸੀ, ਜੋਬ ਕਰ ਰਹੀ ਤੇ ਮੈਂ ਚੱਲ ਸੈਲਰੀ ਲੈ ਕੇ ਟਿਕਟ ਕਰਾ ਕੇ ਵੀ ਚਾਰ ਪੈਸੇ ਕੋਲ ਹੋਣਗੇ, ਫਿਰ ਫਾਇਦਾ। ਹਾਂ ਉਹੀ ਆ ਵੀ ਐਵੇਂ ਖਾਲੀ ਹੱਥ ਇੰਡੀਆ ਜਾਵਾਂਗੇ, ਕੋਈ ਫਾਇਦਾ ਨੀਗਾ। ਤੇ ਮੈਂ ਉਸੇ ਚੀਜ਼ ਦਾ ਵੇਟ ਕਰ ਰਿਹਾ ਸੀਗਾ ਤੇ ਉਸ ਟਾਈਮ ਨਾ ਲੜਾਈ ਵਾਰ ਦੀ ਨਾ ਗੱਲਾਂ ਚੱਲ ਰਹੀ ਸੀ, ਵਾਰ ਹੋ ਸਕਦੀ। ਉਹੀ ਮਤਲਬ ਇਹ ਦਸੰਬਰ ਜਨਵਰੀ ਦੀ ਗੱਲ ਹੈ ਜਦੋਂ ਸਟਾਰਟ ਹੋ, ਮਤਲਬ ਦਸੰਬਰ ਜਨਵਰੀ ਦੀ ਸਟਾਰਟਿੰਗ ਹੋ ਗਈ ਸੀ ਵੀ ਵਾਰ ਹੋ ਸਕਦੀ ਹੈ, ਕਿਉਂਕਿ ਫਰਵਰੀ ਦੇ ਵਿੱਚ ਸਟਾਰਟ ਹੋ ਗਈ ਸੀ ਵਾਰ, ਫਰਵਰੀ 23 ਨੂੰ ਮੈਨੂੰ ਯਾਦ ਹੈ, 24 ਨੂੰ ਜਦ ਪਹਿਲਾ ਬੰਬ ਫੁੱਟਿਆ ਮੇਰੀ ਬਿਲਡਿੰਗ ਤੋਂ। ਮੇ ਬੀ ਮੈਂ ਦੱਸ ਦਿੰਦਾ ਕਿਲੋਮੀਟਰ ਦੂਰ ਹੋਣਾ ਯਾਰ, ਜ਼ਿਆਦਾ ਨਹੀਂ ਕਹਿ ਸਕਦਾ, ਬਹੁਤ ਖਤਰਨਾਕ ਹੈ। ਮੈਂ ਹੋਰ ਐਕਸਪਲੇਨ ਕਰ ਦਿੰਦਾ ਵੀ ਜਿਹੜਾ ਪਹਿਲਾ ਬੰਬ ਫੁੱਟਿਆ ਸੀਗਾ ਜਦ ਮੈਂ ਸਵੇਰ ਦੇ 5:30 ਵਜੇ ਹੋਏ ਸੀਗੇ, ਤੇ ਉਸੇ ਦਿਨ ਮੈਨੂੰ ਸੈਲਰੀ ਮਿਲਣੀ ਸੀ ਸ਼ਾਮ ਨੂੰ। ਸਵੇਰੇ ਬੰਬ ਫੁੱਟਿਆ 24 ਤਰੀਕ ਨੂੰ, ਸ਼ਾਮ ਨੂੰ ਮੈਨੂੰ ਫੋਨ ਆਇਆ ਸੀ ਉਹਨਾਂ ਦਾ, 23 ਤਰੀਕ ਨੂੰ ਫੋਨ ਆਇਆ ਸੀ ਵੀ ਤੁਸੀਂ ਸ਼ਾਮ ਨੂੰ ਆ ਕੇ ਸੈਲਰੀ ਲੈ ਜਿਓ ਕੱਲ ਨੂੰ। ਤੇ ਮੈਨੂੰ ਸੈਲਰੀ ਘੱਟੋ ਘੱਟ ਮਿਲੀ ਸੀਗੀ, ਬੈਠੇ ਸੀ ਕੰਮ ਕਰ ਹੈ ਨੀ ਸੀਗਾ, ਨਾ ਕੰਮ ਕਰ ਰਿਹਾ ਸੀ ਮੈਂ, ਚਲ ਹੁਣ ਜਾਣਾ ਹੀ ਆ ਵਾਪਸ। ਤੇ 5:30 ਵਜੇ
ਮੇਰੇ ਸ਼ੀਸ਼ਾ ਗੁੜ ਗੁੜ ਕਰਨ ਲੱਗ ਗਿਆ, ਇੰਨੀ ਨੇੜੇ ਬੰਬ ਸਿੱਟਿਆ, ਇਹ ਸੋਚ ਲਓ ਵੀ ਸ਼ੀਸ਼ਾ ਵਾਈਬ੍ਰੇਸ਼ਨ ਫੁੱਲ ਹੋ ਗਈ ਸੀ, ਬੁੜ ਬੁੜ ਕਰ ਰਿਹਾ ਸੀਗਾ ਸ਼ੀਸ਼ਾ, ਇੰਨਾ ਖਤਰਨਾਕ ਸੀ, ਮਤਲਬ ਇੰਨਾ ਖਤਰਨਾਕ ਬੰਬ ਗਿਰਿਆ, ਜਿਹੜਾ ਟਾਈਮ ਸੀ ਹੈ ਤੇਰਾ, ਲਾਈਕ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਉਰੇ ਤਾਂ ਉੱਥੇ ਬਿਲਡਿੰਗ ਸੀਗੀ, ਇੱਕ ਬਿਲਡਿੰਗ ਵਿੱਚ ਪੈਂਦੇ, ਜਿਵੇਂ ਆਹ ਪੇੜ ਹੈ, ਆਹ ਪੇੜ ਦੀ ਉਸ ਸਾਈਡ ਮੰਨ ਲਓ ਬੰਬ ਗਿਰਿਆ, ਥੋੜੀ ਦੂਰ ਹੈ, ਮਤਲਬ ਬਹੁਤ ਥੋੜੀ, ਅੱਧਾ ਕਿਲੋਮੀਟਰ ਵੀ ਨਹੀਂ ਕਹਿ ਸਕਦੇ, ਧੂਆਂ ਦਿਖਦਾ ਸੀਗਾ ਉੱਪਰ ਉੱਠਿਆ ਹੋਇਆ ਜਿਹੜਾ ਬੰਬ ਗਿਰਦਾ ਸੀਗਾ, ਤੇ ਮੈਂ ਉੱਠਿਆ ਇੱਕ ਲੱਤ, ਮੈਂ ਕਿਹਾ ਸ਼ਾਇਦ ਮੇ ਬੀ ਕੋਈ ਫੈਸਟੀਵਲ ਹੋਣਾ ਇਹਨਾਂ ਦਾ, ਬਟ ਮੇਰਾ ਅਚਾਨਕ ਦਿਮਾਗ ਚੱਲਿਆ ਵੀ ਬਾਈ ਵਾਰ ਦੇ ਇਹਨਾਂ ਦੇ ਗੱਲਾਂ ਚੱਲ ਰਹੀਆਂ ਵੀ ਲੈ ਵੀ ਹੋ ਗਈ, ਵਾਰ ਸਟਾਰਟ ਹੋ ਗਈ, ਨਾਲ ਦੇ ਮੁੰਡਿਆਂ ਨੂੰ ਮੈਂ ਠਾਲਿਆ, ਮੈਂ ਕਿਹਾ ਬਾਈ ਲੜਾਈ ਸਟਾਰਟ ਹੋ ਗਈ, ਅਸੀਂ 5:30 ਉੱਠ ਤਾਂ ਗਏ ਪਰ ਉਸ ਤੋਂ ਬਾਅਦ ਸੋਚਾਂ 'ਚ ਪੈ ਗਏ ਹੁਣ ਕਰੀਏ ਤਾਂ ਕਰੀਏ ਕੀ, ਹਾਂ ਕੁਛ ਰਾਹ ਹੀ ਨਹੀਂ ਹੈਗਾ, ਬਹਿ ਗਏ ਉੱਥੇ ਸੋਫੇ 'ਤੇ, ਜਿਵੇਂ ਜਿਵੇਂ ਸਵੇਰ ਹੋਈ ਕਨਫਰਮ ਹੋ ਗਿਆ, ਨਿਊਜ਼ ਆਉਣ ਲੱਗ ਗਿਆ ਵੀ ਹਾਂ ਵੀ ਲੜਾਈ ਸਟਾਰਟ ਹੋ ਗਈ ਹੈ, ਲੜਾਈ ਸਟਾਰਟ ਹੋ ਗਈ ਹੈ, ਤੇ ਇੱਕ ਬਹੁਤ ਤਕੜਾ ਇਹਨਾਂ ਦਾ ਅਲਾਰਮ ਹੁੰਦਾ, ਉਹ ਚਲਾ ਦਿੰਦੇ ਆ, ਅਲਾਰਮ ਚੱਲ ਪਿਆ ਸੀਗਾ, ਅਲਾਰਮ ਚੱਲ ਪੈਂਦਾ ਉਹਨੂੰ ਵਾਰ ਜਾਂ ਕੁਛ ਵੀ ਇਨਫੋਰਮੇਸ਼ਨ ਉਹ ਅਲਰਟ ਕਰ ਦਿੰਦੇ ਵੀ ਵਾਰ ਸਟਾਰਟ ਹੋ ਗਿਆ, ਆਪਣਾ ਬੰਕਰਾਂ ਦੇ ਵਿੱਚ, ਉੱਥੇ ਨਾ ਸਾਡੀ ਬਿਲਡਿੰਗ ਸੀਗੀ ਬੜੀ ਬੜੀਆਂ, ਤੇ ਮੈਂ ਰਹਿੰਦਾ ਸੀ 12ਵੇਂ ਫਲੋਰ ਤੇ, ਤੇ ਉਹ ਸਾਡੀ ਬਿਲਡਿੰਗ ਦੇ ਥੱਲੇ ਬੰਕਰ ਹੁੰਦੇ ਸੀਗੇ, ਹੁਣ ਜਦ ਲੜਾਈ ਕਦੇ ਹੋਈ ਨੀ ਤਾਂ ਬੰਕਰ ਦੀ ਸਫਾਈ ਵੀ ਨਹੀਂ ਹੁੰਦੀ, ਸਫਾਈ ਵੀ ਨਹੀਂ ਹੁੰਦੀ, ਉਹ ਜਦ ਅਸੀਂ ਆਪਣੀ ਬਿਲਡਿੰਗ ਦੇ ਬੰਕਰ ਦੇ ਥੱਲੇ ਗਏ ਤਾਂ ਇੰਨਾ ਗੰਦ ਤੇ ਉੱਥੇ ਕੋਈ ਕੁੱਤਾ ਵੀ ਨਾ ਸੋਵੇ, ਮਤਲਬ ਉਹ ਕਿਉਂਕਿ ਉਹਨਾਂ ਨੇ ਯੂਜ਼ ਹੀ ਨਹੀਂ ਕੀਤਾ, ਯੂਜ਼ ਹੀ ਨਹੀਂ ਕਰਿਆ, ਉਹ ਜਮਾ ਹੀ ਗੰਦ ਪਿਆ ਹੋਇਆ ਬਈ, ਅੰਦਰ ਜਾਣ ਦਾ ਦੇਖਣ ਦਾ ਵੀ ਜੀ ਨਹੀਂ ਕਰ ਰਿਹਾ, ਅੰਦਰ ਜਾ ਕੇ ਦੇਖ ਲਈਏ, ਕਿਚੜ ਹੋਈ ਪਈ, ਮਿੱਟੀ ਮਿੱਟੀ ਹੋਈ ਪਈ ਆ, ਮੁਸਕ ਮਾਰ ਰਹੀ ਹੈ, ਕੋਈ ਕੁੱਤਾ ਜਾਂ ਜਾਨਵਰ ਮਰਿਆ ਹੋਇਆ ਵਿੱਚ, ਤੇ ਅਸੀਂ ਨਾਲ ਦੀ ਬਿਲਡਿੰਗ ਦੇ ਵਿੱਚ ਟਰਾਈ ਕਰਿਆ, ਜਿਹੜੇ ਸਾਡੇ ਗੁਆਂਢੀ ਬਿਲਡਿੰਗ ਸੀ ਉਹ ਚੱਲ ਥੋੜੀ ਸਾਫ ਸੁਥਰੀ ਸੀ, ਉਹ ਵੀ ਹੈਗੀ ਸੀ, ਐਵੇਂ ਮੇਰੇ ਕੋਲ ਵੀਡੀਓ ਪਈ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਮਿੱਟੀ ਮਿੱਟੀ ਹੈਗੀ ਉੱਥੇ, ਪਾਈਪ ਲਾਈਨਾਂ ਵਿਛੀਆਂ ਨੇ ਜਿਹੜੀ ਪਾਣੀ ਪੂਣੀ ਦੀਆਂ ਨੇ, ਪਾਣੀ ਦੀਆਂ, ਪਰ ਉੱਥੇ ਅਸੀਂ ਆਪਣੇ ਕੰਬਲ ਕੁੰਬਲ ਲੈ ਕੇ ਗਏ ਨੇ, ਦਰੀਆਂ ਦੁਰੀਆਂ ਵਿਛਾਈਆਂ ਨੇ, ਤੇ ਉੱਥੇ ਜਾ ਕੇ ਬੈਠੇ ਹਾਂ, ਵੇਟ ਕਰ ਰਹੇ ਹਾਂ, ਰੋਜ਼ ਬੰਬ ਫੁੱਟ ਰਹੇ ਨੇ, ਮੰਨ ਲਓ ਵੀ ਅਸੀਂ ਜੇ ਬਾਹਰ ਨਿਕਲਦੇ ਸੀ ਤਾਂ ਆਪਣੇ ਰਿਸਕ 'ਤੇ ਨਿਕਲਦੇ ਸੀ, ਸਿਰੋਂ ਬੰਬ ਨਿਕਲਦਾ ਸੀਗਾ ਤਾਂ ਐਂ ਹੁੰਦਾ ਸੀ ਵੀ ਥੱਲੇ ਬਹਿ ਜਾਈਏ ਕਿਤੇ ਲੁਕ ਜਾਈਏ, ਲੁਕ ਜਾਈਏ ਕਿਤੇ, ਉੱਪਰੋਂ ਸ਼ੂਹ ਕਰਕੇ ਬੰਬ ਨਿਕਲਦਾ ਸੀਗਾ, ਉੱਥੇ ਸੁਪਰ ਮਾਰਕੀਟ ਅਸੀਂ ਜਾ ਰਹੇ ਹਾਂ, ਸੁਪਰ ਮਾਰਕੀਟਾਂ ਖਾਲੀ ਪਈਆਂ ਨੇ, ਸੁਪਰ ਮਾਰਕੀਟ ਸਮਾਨ ਪਹਿਲਾਂ ਹੀ ਚੱਕ ਲਏ, ਬਹੁਤ ਵੀਡੀਓ ਵਾਇਰਲ ਹੋਈਆਂ ਸੀ ਉਹ ਟਾਈਮ ਦੇ ਵਿੱਚ, ਕਿਉਂਕਿ ਲੋਕਾਂ ਨੇ ਪੈਸੇ ਵੀ ਨਹੀਂ ਨਿਕਲ ਰਹੇ ਸੀ ਏਟੀਐਮ, ਕਈ ਵਿਚਾਰੇ ਇੰਡੀਅਨ ਦੇ ਕੁਛ ਨਹੀਂ ਟਾਈਮ 'ਚ, ਮਤਲਬ ਬਹੁਤ ਜ਼ਿਆਦਾ ਸਟੱਕ ਹੋ ਗਏ ਸੀ ਇਸ ਟਾਈਮ, ਸਟੱਕ ਹੋ ਗਿਆ ਸਾਰਾ ਕੁਛ, ਟੈਕਸੀ ਇਸ ਦੌਰ ਦੇ ਵਿੱਚ ਕਹਿੰਦੇ ਨੇ ਹਰ ਪਾਸੇ ਦਸਾਂ ਬਾਅਦ, ਕਹਿੰਦੇ ਬਾਹਰਲੇ ਦੇਸ਼ਾਂ 'ਚ ਕਰਪਸ਼ਨ ਨੇ, ਸਾਲੇ ਬਾਹਰਲੇ ਦੇਸ਼ਾਂ 'ਚ ਵੀ ਸਭ ਤੋਂ ਜ਼ਿਆਦਾ ਕਰਪਸ਼ਨ ਹੋ ਜਾਂਦੀ ਹੈ, ਯੂਕਰੇਨ ਦੇ ਵਿੱਚ ਜਿੱਥੇ ਟੈਕਸੀ ਸਾਡੀ ਹੁੰਦੀ ਸੀ, ਮੈਂ ਉੱਥੇ ਦੀ ਕਰੰਸੀ ਦੇ ਹਿਸਾਬ ਨਾਲ ਦੱਸਦਾ, ਜਿੱਥੇ ਟੈਕਸੀ ਹੁੰਦੀ ਸੀ ਮੰਨ ਲਓ 40 ਗ੍ਰੇਵਨਾ, ਉੱਥੇ ਗ੍ਰੇਵਨਾ ਕਰੰਸੀ ਚੱਲਦੀ ਸੀਗੀ 40 ਗ੍ਰੇਵਨਾ 'ਚ, ਉਹੀ ਟੈਕਸੀ ਉਹਨਾਂ ਨੇ ਕਰਤੀ 80-80-100-100 ਦੀ, ਉਹ ਰਿਸਕ ਫਿਰ ਉਹ ਵੀ ਰਿਸਕ ਲੈਂਦੇ ਸੀ, ਕਹਿੰਦੇ ਅਸੀਂ ਇੰਨੇ ਪੈਸੇ, ਟੈਕਸੀ ਬੁੱਕ ਹੋ ਗਈ ਉਹਨੇ ਦੇ, ਅੱਬੜ ਤਾਂ ਟੈਕਸੀ ਆਉਂਦੀ ਨਹੀਂ ਸੀਗੀ, ਐਪ ਤੋਂ ਟੈਕਸੀ ਬੁੱਕ ਕਰਾਂਗੇ, ਟੈਕਸੀ ਵਾਲਾ ਆ ਗਿਆ, ਟੈਕਸੀ ਵਾਲੇ ਸਿੱਧਾ ਕਹਿੰਦਾ ਵੀ ਬਈ ਮੈਂ ਇੰਨੇ ਪੈਸੇ ਲਊਂਗਾ, ਬੈਠਣਾ ਤਾਂ ਚੱਲੋ, ਨਹੀਂ ਤਾਂ ਰਹਿਣ ਦਿਓ, ਜਿਹੜੇ ਉਹ ਜਿਹੜੇ 40 ਮਤਲਬ ਉਹਨੇ ਕਰਿਆ ਉਹ ਸ਼ੋਅ ਵਾਸਤੇ ਸੀ, ਉਹ ਸ਼ੋਅ ਵਾਸਤੇ ਸੀਗਾ, ਓਕੇ, ਉਸ ਤੋਂ ਇਲਾਵਾ ਉਹਨੂੰ ਉਨੇ ਪੈਸੇ ਦੇਣੇ ਪੈਣੇ ਪੂਰੇ, ਮਤਲਬ 100 ਮੰਗੇ ਤਾਂ 100 ਦੇਣੇ ਪੈਣੇ, ਮਤਲਬ ਉਹੀ ਗੱਲ ਹੋਈ ਜਿਵੇਂ ਇੰਡੀਆ ਦੇ ਵਿੱਚ ਜਦੋਂ ਕੋਈ ਹੜ੍ਹ ਆਉਂਦਾ, ਦੂਜੀ ਸਟੇਟਾਂ ਹਨਾ ਐਕਸਟਰਾ 20 ਰੁਪਏ ਦੀ ਪਾਣੀ ਦੀ ਬੋਤਲ 200-200 ਰੁਪਏ ਦੀ ਵੇਚਦੇ ਨੇ, ਪੰਜਾਬੀ ਬੰਦਾ ਹੈ ਹੀ ਹਰ ਪਾਸੇ, ਹਾਂ ਪੰਜਾਬ ਆਪਣੇ, ਆਪਾਂ ਸਿਰਫ ਜਿਹੜੇ ਆਪਣੀ ਸਟੇਟ ਪੰਜਾਬ, ਚਲੋ ਮੈਂ ਨਹੀਂ ਕਹਿੰਦਾ ਨਾ ਆਪਾਂ ਕੋਈ ਗੱਲ ਕਰਨੀ ਚਾਹੁੰਦਾ, ਜਿਹੜੇ ਪੰਜਾਬੀ ਨੇ ਬਟ ਉਹ ਇਹ ਚੀਜ਼ਾਂ ਦਾ ਫਾਇਦਾ ਨਹੀਂ ਉਠਾਉਂਦੇ, ਬਹੁਤ ਜ਼ਿਆਦਾ ਰੇਅਰ ਮਤਲਬ ਗੱਲਾਂ ਨੇ ਉਹ, ਸਮ ਕੋ ਵੱਧ ਤੋਂ ਵੱਧ ਲੰਗਰ ਲਾਉਂਦੇ ਇਹਦੇ ਵਿੱਚ, ਬਟ ਲੋਕ ਜੋ ਇਹ ਤਰਾਸਦੀ ਹੁੰਦੀ ਜਾਂ ਵਾਰ ਹੁੰਦੀ ਜਾਂ ਕੁਛ ਵੀ ਹੁੰਦਾ, ਉਹ 'ਚ ਆਪਣਾ ਬੈਨੀਫਿਟ ਸਭ ਤੋਂ ਪਹਿਲਾਂ ਦੇਖਦੇ ਆ ਵੀ ਲੁੱਟ ਲਓ ਜਿਹਨੂੰ ਲੁੱਟਾਉਂਦੇ, ਇਹਦੇ ਵਿੱਚ ਨਾ ਖਾਲਸਾ ਐਡ ਵਾਲੇ ਵੀ ਇਨਵੋਲਵ ਨੇ, ਮੈਂ ਉਹਨਾਂ ਦੀ ਵੀ ਸਟੋਰੀ ਦੱਸੂਗਾ ਵੀ ਉਹਨਾਂ ਨੇ ਕਿੰਨੀ ਮੇਰੀ ਹੈਲਪ ਕਰੀ ਹੈ, ਬਕਾਇਦਾ ਉਹਨਾਂ ਨੇ ਮੇਰੇ ਨਾਲ ਗੱਲ ਕਰੀ ਹੈ, ਕਹਿੰਦੇ ਵੀ ਔਰ ਇੱਕ ਹੈਗੇ ਨੇ ਬਹੁਤ ਵੱਡੀ ਪੋਸਟ 'ਤੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਆਪਾਂ ਸੋਚਦੇ ਵੀ ਸ਼ਾਇਦ ਉਹ ਕਿੱਥੇ ਸਾਡੇ ਨਾਲ ਗੱਲ ਕਰਨਗੇ, ਰਵੀ ਸਿੰਘ ਮੇਨ ਹੈ ਇਹਨਾਂ ਦਾ, ਰਵੀ ਸਿੰਘ ਖਾਲਸਾ ਪਾਰਟ, ਉਹਨਾਂ ਦੇ ਜਿਹੜੇ ਹੈਗੇ ਸੀਗੇ ਅੱਗੇ, ਜਿਹੜੇ ਮਤਲਬ ਜਿਹੜੇ ਸਮਝ ਲਾ ਅਸਿਸਟੈਂਟ ਮੈਨੇਜਰ ਲਾ ਲਾ ਉਹਨਾਂ ਦੇ ਅੱਗੇ, ਮੈਨੂੰ ਬਾਹਰ ਕੱਢਣ ਦੇ ਵਿੱਚ ਮੈਂ ਸਾਫ਼ ਕਹੂੰਗਾ ਵੀ ਉਹਨਾਂ ਦਾ ਯੋਗਦਾਨ ਹੈਗਾ, ਸਭ ਤੋਂ ਵੱਧ ਖਾਲਸਾ ਐਡ ਵਾਲੇ, ਸਾਫ਼ ਬਹੁਤ ਜ਼ਿਆਦਾ ਯਾਰ, ਮੈਂ ਔਰ ਖਾਲਸਾ ਐਡ ਵਾਲਿਆਂ ਦਾ ਧੰਨਵਾਦ ਕਰੂੰਗਾ, ਕਿਉਂਕਿ ਮੈਂ ਵੀਡੀਓ ਬੜੀ ਦੇਖੀ, ਉਹਨਾਂ ਨੇ ਬੜੇ ਪ੍ਰੋਜੈਕਟ ਲਾਏ ਲੰਗਰ ਵਾਸਤੇ ਲੋਕਾਂ ਦੇ, ਜੋ ਵੀ ਟੈਂਟ ਜੋ ਵੀ ਕੁਛ ਹੋ ਸਕਦਾ ਸੀਗਾ, ਕੰਬਲ ਕੁੰਬਲ ਜੋ ਵੀ ਉਹਨਾਂ ਨੇ ਦੇਣਾ ਸੀਗਾ, ਬਹੁਤ ਲੋਕਾਂ ਨੂੰ ਪਤਾ ਖਾਲਸਾ ਐਡ ਨੂੰ ਬਹੁਤ ਜ਼ਿਆਦਾ ਥੈਂਕਸ ਆ ਯਾਰ ਇਹਦੇ ਵਿੱਚ, ਠੀਕ ਹੈ, ਅਤੇ ਯਾਰ ਜਿਹੜੇ ਆ ਮੇਰਾ ਭਰਾ ਜਿਵੇਂ ਆਇਆ ਤੁਸੀਂ ਨਾ, ਕੱਲ੍ਹ ਨੂੰ ਕੁਛ ਵੀ ਹੈਪਨ ਹੋ ਸਕਦਾ ਸੀਗਾ, ਠੀਕ ਹੈ, ਯੂਕਰੇਨ ਦੇ ਵਿੱਚ ਅੱਜ ਦੇਖੋ ਖੁਸ਼ ਆ, ਫਿੱਟ ਆ ਉਰੇ, ਹੈ ਨਾ, ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਇਸ ਟਾਈਮ ਬਹੁਤ ਵਧੀਆ ਕੰਟਰੀ ਹੈ, ਅਤੇ ਮੇਰੇ ਭਰਾ ਤੁਹਾਨੂੰ ਸਾਰੀ ਗੱਲ ਦੱਸ ਰਿਹਾ, ਹੁਣ ਆਪਾਂ ਪੁਰਤਗਾਲ ਦੀ ਗੱਲ ਕਰਦੇ, ਮੇਰਾ ਭਰਾ ਫਿਰ ਤੈਨੂੰ ਪੁਰਤਗਾਲ 'ਚ ਐਂਟਰੀ ਕਿਵੇਂ ਮਿਲੀ, ਮਤਲਬ ਕਿਵੇਂ ਆਇਆ ਤੂੰ, ਵਾਰ ਸਟਾਰਟ ਹੋ ਗਈ, ਤੂੰ ਫਿਰ ਕਿਵੇਂ ਗਿਆ ਅੱਗੇ? ਵਾਰ ਸਟਾਰਟ ਹੋ ਗਈ, ਮੈਂ ਟੈਕਸੀ ਬੁੱਕ ਕਰੀ, ਇੱਕ ਨਾ ਸਾਲੀ ਆਪਣਾ ਮਾਈਂਡ ਸੈੱਟ ਕਰਨ ਵਾਲੀ ਗੱਲ ਸੀਗੀ, ਮੇਰੇ ਦੋਸਤ ਨਾਲ ਬੈਠੇ ਨੇ, ਮੈਂ 29 ਤਰੀਕ ਨੂੰ ਨਿਕਲ ਰਿਹਾ ਸੀਗਾ, ਮੈਂ ਉਹਨਾਂ ਨੂੰ ਕਿਹਾ ਵੀ ਭਰਾ ਚੱਲ
ਡਬਲ ਪਹਿਲਾਂ ਤਾਂ ਟੈਕਸੀ ਆਵੇ ਨਾ ਆਵੇ ਨਾ ਮੇਰੇ ਨਾਲ ਦੋਸਤ ਯਾਰ ਦੋਸਤ ਕਹਿੰਦੇ ਕਹਿੰਦੇ ਭਰਾ ਰਹਿਣ ਦੇ ਟੈਕਸੀ ਆ ਨਹੀਂ ਰਹੀ ਖਬਰ ਆ ਵੀ ਇਹਦੇ ਵਿੱਚ ਤੇਰੀ ਕੋਈ ਚੰਗਾਈ ਹੋਵੇ ਮਗਰ ਨਹੀਂ ਸਾਲਾ ਹੁਣ ਮੈਂ ਨਹਾ ਧੋ ਕੇ ਤਿਆਰ ਹੋਇਆ ਠੰਡ ਦੇ ਵਿੱਚ ਮੈਂ ਨਿਕਲਣਾ ਮੈਂ ਠੰਡ ਦੇ ਵਿੱਚ ਨਹਾਇਆ ਮੈਂ ਤੇ ਠੰਡ ਬਹੁਤ ਗੋਡੇ ਗੋਡੇ ਬਰਫ਼ ਪੈਂਦੇ ਗੋਡੇ ਬਰਫ਼ ਯੂਕਰੇਨ 'ਚ ਬਹੁਤ ਜ਼ਿਆਦਾ ਹਾਂ ਤੇ ਮੈਂ ਉੱਥੇ ਟੈਕਸੀ ਚੱਲ ਆ ਗਈ ਬਈ ਔਖੇ ਸੌਖੀ ਟੈਕਸੀ ਆ ਗਈ ਉਹ ਮੈਨੂੰ ਵੀ ਇੱਕ ਵਾਰ ਆਪਣੇ ਆਪ 'ਤੇ ਡਾਊਟ ਹੋ ਲੱਗਿਆ ਜਦ ਟੈਕਸੀ ਆ ਗਈ ਟੈਕਸੀ ਭਰਾ ਬੰਦ ਪੈ ਗਈ ਟੈਕਸੀ ਨਾ ਚੱਲੀ ਟੈਕਸੀ ਉੱਥੇ ਮੈਂ ਕਿਹਾ ਯਾਰ ਇਹ ਸਾਲਾ ਕੀ ਚੱਕਰ ਪੈ ਗਿਆ ਚੱਕਰ ਹੋ ਗਿਆ ਫਿਰ ਮੈਂ ਕਿਹਾ ਯਾਰ ਨਹੀਂ ਮੈਂ ਕਿਹਾ ਜਾਣਾ ਹੈਰੀ ਜਾਣਾ ਅੱਜ ਨਿਕਲਣਾ ਹੁਣ ਤੂੰ ਬੈਗ ਬੁੱਕ ਤਿਆਰ ਕਰ ਲੈ ਨਿਕਲੂੰਗਾ ਮੈਂ ਫਿਰ ਮੈਂ ਦੂਜੀ ਟੈਕਸੀ ਬੁਲਾਈ ਦੂਜੀ ਟੈਕਸੀ ਵਾਲਾ ਆ ਗਿਆ ਬਹਿ ਗਿਆ ਮੈਂ ਤੇ ਰਸਤੇ ਮਹਾਰਾਜ ਜੀ ਸਮਝ ਲਓ ਸਾਲਾ ਇੱਥੇ ਕੋਈ ਟੈਂਕ ਖੜਾ ਰਸਤੇ 'ਚ ਰਸ਼ੀਆ ਦੇ ਟੁੱਟਿਆ ਹੋਇਆ ਕਦੇ ਕਿਤੇ ਖੜਾ ਡਿਸਟਰੋਏ ਮਤਲਬ ਲੜਾਈ ਜਿਹੜੀ ਜਿਹੜਾ ਨਿਕਲਿਆ ਸੀ ਲੜਾਈ ਵਾਲੇ ਏਰੀਆ 'ਚੋਂ ਨਿਕਲਿਆ ਸੁਣਨ ਸਾਰ ਪੁਆਇੰਟ ਖਤਮ ਹੋ ਗਏ ਸੀ ਜਿਹੜੇ ਯੂਜ਼ ਹੋ ਗਏ ਸੀ ਉਹਨਾਂ ਦੇ ਉੱਥੇ ਕਈ ਲੋਕੀ ਉੱਥੇ ਬੈਗ ਸਿੱਟੇ ਹੋਏ ਨੇ ਆਪਣੇ ਮਤਲਬ ਇਹ ਨਾ ਵੀ ਉੱਥੇ ਇੰਨੀ ਸਖਤਾਈ ਕਰਤੀ ਵੀ ਲੋਕੀ ਆਪਣਾ ਸਮਾਨ ਨਹੀਂ ਲੈ ਕੇ ਜਾ ਸਕਦੇ ਸਮਾਨ ਨਹੀਂ ਲੈ ਕੇ ਜਾ ਵੀ ਜਾਨ ਬਚਾਓ ਤੇ ਭੱਜੋ ਉਹ ਜਿਵੇਂ ਡੌਂਕੀ ਦੇ ਵਿੱਚ ਲੋਕੀ ਸਮਾਨ ਯਾਰ ਕੁਛ ਨਹੀਂ ਲੈਂਦੇ ਬਸ ਪਾਣੀ ਦਾ ਮਤਲਬ ਹੁੰਦਾ ਪਾਣੀ ਲੈ ਲਿਆ ਪੈਸੇ ਜੇਬ 'ਚ ਡੌਂਕੀ 'ਚ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਬਾਰਡਰਾਂ 'ਤੇ ਬਹੁਤ ਬੁਰਾ ਸੀ ਉਹ ਮੈਂ ਦੱਸਦਾ ਹੁਣ ਥੋੜ੍ਹੀ ਦੇਰ ਬਾਅਦ ਅੱਗੇ ਅਤੇ ਚਲੋ ਜੀ ਮੈਂ ਜਿਵੇਂ ਮਰਜ਼ੀ ਕਰਕੇ ਸਟੇਸ਼ਨ ਤੱਕ ਪਹੁੰਚਿਆ ਸਟੇਸ਼ਨ 'ਤੇ ਪਹੁੰਚਣ 'ਤੇ ਨਾ ਉੱਥੇ ਥੋੜ੍ਹਾ ਆਪਣੇ ਨਾਲ ਭੇਦਭਾਵ ਕਰਨ ਲੱਗੇ ਕਿਉਂਕਿ ਇੰਡੀਆ ਵਾਲਿਆਂ ਨੇ ਰਸ਼ੀਆ ਨਾਲ ਫਰੈਂਡਲੀ ਆ ਨਾ ਫਰੈਂਡਲੀ ਹਾਂ ਉਹ ਕੁਝ ਕੁ ਬੰਦੇ ਇਹ ਨਹੀਂ ਸਾਰੇ ਬੰਦੇ ਕੁਝ ਕੁ ਬੰਦੇ ਉਹ ਜੋ ਕੋਈ ਉਂਗਲ ਲਾਉਣ ਦਾ ਵੀ ਯਾਰ ਐਂ ਕਰ ਰਹੇ ਉੱਥੇ ਜਿਹੜੇ ਉਹ ਸੀਗੇ ਪੁਲਿਸ ਵਾਲੇ ਸੀਗੇ ਕੁਝ ਕੁਝ ਟ੍ਰੇਨ ਵਾਲੇ ਸੀਗੇ ਉਹ ਭੇਦਭਾਵ ਕਰਨ ਲੱਗੇ ਉਹਨਾਂ ਨੇ ਟ੍ਰੇਨ 'ਚ ਨਹੀਂ ਚੜਨ ਦੇ ਰਹੇ ਕਹਿੰਦੇ ਪਹਿਲਾਂ ਸਾਡੇ ਬੰਦੇ ਚੜਨਗੇ ਫਿਰ ਅਸੀਂ ਤੁਹਾਨੂੰ ਚੜਾਂਗੇ ਠੀਕ ਹੈ ਚਲੋ ਅਸੀਂ ਖੜੇ ਰਹੇ ਮੈਂ ਕਿਹਾ ਚੱਲ ਬਈ ਉਰੇ ਕੁਛ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਉੱਥੇ ਵੇਟ ਕਰਿਆ ਚੱਲ ਉਹਨਾਂ ਨੇ ਕਿਹਾ ਵੀ ਚਲੋ ਚੜ ਜਾਓ ਬਹਿ ਗਏ ਲਾਸਟ ਸਟੇਸ਼ਨ ਸੀ ਪੋਲੈਂਡ ਦਾ ਬਾਰਡਰ ਦੇ ਨਾਲ ਇੱਕ ਸਟੇਸ਼ਨ ਪੈਂਦਾ ਲਵੀਵ ਉੱਥੇ ਪਹੁੰਚ ਗਏ ਯੂਕਰੇਨ ਦਾ ਲਾਸਟ ਸਟੇਸ਼ਨ ਸੀ ਯੂਕਰੇਨ ਦਾ ਬਾਰਡਰ ਪੋਲੈਂਡ ਦਾ ਠੀਕ ਹੈ ਪੋਲੈਂਡ ਵਾਲਾ ਸੀਗਾ ਉੱਥੇ ਪਹੁੰਚੇ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਟ੍ਰੇਨ ਫੜਨੀ ਸੀਗੀ ਪੋਲੈਂਡ ਦੇ ਬਾਰਡਰ ਤੱਕ ਮਹਾਰਾਜ ਜੀ ਉੱਥੇ ਇਹ ਜੀ ਮੈਡਮ ਮਿਲੀ ਉਹ ਮੈਡਮ ਨੇ ਨਹੀਂ ਚੜਨ ਦਿੱਤਾ ਅੱਛਾ ਉਹਨੇ ਸਾਫ਼ ਕਹਿੰਦੀ ਉਹਨੇ ਪਹਿਲਾਂ ਹੀ ਪੁੱਛਿਆ ਕਹਿੰਦੀ ਵੇਅਰ ਆਰ ਯੂ ਫਰੋਮ ਅਸੀਂ ਕਿਹਾ ਵੀ ਇੰਡੀਆ ਕਹਿੰਦੀ ਉਹ ਸਾਈਡ ਤੇ ਖੜਾ ਹੋ ਜਾ ਸਾਈਡ ਤੇ ਉਹ ਮੈਂ ਵੀਡੀਓ ਨਾਲ ਉਹ ਸੀਗਾ ਬੰਗਲਾਦੇਸ਼ੀ ਭਰਾਵਾ ਬੰਗਲਾਦੇਸ਼ੀ ਨੂੰ ਕਹਿੰਦੀ ਉਰੇ ਬਹਿ ਜਾਓ ਓ ਮਾਈ ਮੈਨੂੰ ਆਉਂਦੇ ਸੀ ਉੱਥੇ ਲੈਂਗੁਏਜ ਆਉਂਦੀ ਸੀ ਰਸ਼ੀਅਨ ਪੂਰੀ ਆਉਂਦੀ ਸੀਗੀ ਠੀਕ ਹੈ ਤੂੰ ਆਪਣੇ ਐਂਡ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ ਮੈਂ ਪੂਰੀ ਗੱਲ ਕਰੀ ਪੂਰੀ ਐ ਕਹਾ ਸੁਣੀ ਹੋਈ ਬਹਿਸ ਹੋਈ ਕਹਿੰਦੀ ਤੁਸੀਂ ਜੇ ਉਰੇ ਯੂਕਰੇਨ ਨੂੰ ਇੰਨਾ ਪਿਆਰ ਕਰਦੇ ਹੋ ਕਿਉਂ ਛੱਡ ਕੇ ਜਾ ਰਹੇ ਹੋ ਮੈਂ ਕਿਹਾ ਮਾਰਨਾ ਉਰੀ ਮਾਰਦੇ ਗੰਨ ਤੇਰੇ ਕੋਲ ਆ ਕੇ ਮੈਂ ਕਿਹਾ ਮਾਰ ਦੇ ਮੈਂ ਕਿਹਾ 3 ਸਾਲ ਤੋਂ ਮੇਰੇ ਰਹਿ ਰਹੇ ਮੇਰੇ ਕੋਲ ਆ ਕਾਰਡ ਇੰਨੀ ਰੈਜ਼ੀਡੈਂਸੀ ਵਗੈਰਾ ਵਗੈਰਾ ਨਹੀਂ ਮੰਨੀ ਜੀ ਮੈਂ ਕਿਹਾ ਚੱਲ ਛੱਡ ਉਹ ਉਸ ਤੋਂ ਬਾਅਦ ਇਸ ਟਾਈਮ ਨਾ ਮੈਂ ਦੱਸਣਾ ਭੁੱਲ ਗਿਆ ਮੈਂ ਜਦ ਉੱਥੇ ਸੀਗਾ ਆਪਣੇ ਯੂਕਰੇਨ ਬੰਕਰ ਦੇ ਵਿੱਚ ਮੈਂ ਗੱਲ ਕੰਟੈਕਟ ਸੀਗਾ ਰਵੀ ਖਾਲਸਾ ਵਾਲਿਆਂ ਨਾਲ ਉਹਨਾਂ ਨੇ ਸਾਰਾ ਗਾਈਡ ਕਰਿਆ ਉਹਨਾਂ ਦਾ ਮੈਨੂੰ ਫੋਨ ਵੀ ਬਕਾਇਦਾ ਆਉਂਦਾ ਰਿਹਾ ਮੈਸੇਜ ਵੀ ਆਉਂਦਾ ਵੀ ਆਰ ਯੂ ਓਕੇ ਤੁਸੀਂ ਠੀਕ ਹੋ ਵੀ ਆਹ ਬਾਰਡਰ ਖੁੱਲਣ ਵਾਲਾ ਤੁਸੀਂ ਇੱਥੋਂ ਦੀ ਐਵੇਂ ਜਾਓ ਹਾਂ ਜਾ ਸਕਦੇ ਹਾਂ ਤੁਸੀਂ ਉਹ ਬਾਰਡਰ ਤੇ ਜਾ ਕੇ ਸਾਨੂੰ ਤੁਸੀਂ ਫੋਨ ਕਰਿਓ ਉੱਥੇ ਦੀ ਆਹ ਬਾਰਡਰ ਨਾਮ ਹੈ ਤੁਸੀਂ ਉੱਥੇ ਕੈਂਪ ਲੱਗੇ ਨੇ ਇੰਨਾ ਤੱਕ ਉਹਨਾਂ ਨੇ ਗਾਈਡ ਕਰਿਆ ਨਹੀਂ ਇੰਨਾ ਕੌਣ ਗਾਈਡ ਕੀਤਾ ਕੋਈ ਨਹੀਂ ਕਰਦਾ ਯਾਰ ਗਾਈਡ ਮੈਂ ਬਹੁਤ ਵਧੀਆ ਯਾਰ ਪੰਜਾਬੀ ਕਿਸੇ ਨੇ ਨਹੀਂ ਗਾਈਡ ਕਰਿਆ ਜਿਵੇਂ ਸਰਕਾਰ ਨੇ ਉਸ ਸਮਾਂ ਦਾ ਆਮ ਆਦਮੀ ਦੀ ਉਹਨਾਂ ਨੇ ਨੰਬਰ ਕੱਢੇ ਸੀ ਵੀ ਆਹ ਨੰਬਰ ਤੇ ਤੁਸੀਂ ਕਾਲ ਕਰਿਆ ਸੀ ਬੰਦੇ ਨੂੰ ਬਾਹਰ ਕੱਢਾਂਗੇ ਪਤਾ ਨਹੀਂ ਕਿੰਨੇ ਮੈਂ ਨੰਬਰ ਟਰਾਈ ਕਰਿਆ ਭਰਾਵਾ ਕਿਸੇ ਨੇ ਨਹੀਂ ਚੱਕਿਆ ਖਾਸ ਸਾਈਡ ਵਾਲਿਆਂ ਨਾਲ ਗੱਲਬਾਤ ਜਦ ਮੈਂ ਫੋਨ ਕਰਿਆ ਮੈਸੇਜ ਕਰਿਆ ਉਹਨਾਂ ਨੇ ਚੱਕਿਆ ਜੇ ਨਹੀਂ ਚੱਕਦੇ ਸੀ ਨਾ ਬਕਾਇਦਾ ਕਹਿੰਦੇ ਸੌਰੀ ਅਸੀਂ ਥੋੜਾ ਬਿਜੀ ਸੀਗੇ ਦੱਸੋ ਅਸੀਂ ਕੀ ਮਦਦ ਕਰ ਸਕਦੇ ਕਾਲ ਬੈਕ ਜ਼ਰੂਰ ਕਰਦੇ ਕਾਲ ਬੈਕ ਕਰਦੇ ਸੀ ਉਹਨਾਂ ਨੇ ਨਾਮ ਦੱਸੇ ਵੀ ਆਹ ਬਾਰਡਰ ਤੇ ਤੁਸੀਂ ਜਾਓ ਇੱਥੇ ਆ ਪੋਲੈਂਡ ਦਾ ਹੁਣੀ ਖੁੱਲਿਆ ਤੁਸੀਂ ਉੱਥੇ ਜਾ ਕੇ ਲੱਗ ਜਾਓ ਖਾਲੀ ਪਿਆ ਮੈਂ ਉਹ ਬਾਰਡਰ ਤੇ ਅਸੀਂ ਲਵੀਵ ਤੋਂ ਜਦ ਉਹ ਜਿਹੜਾ ਲਾਸਟ ਸਟੇਸ਼ਨ ਸੀ ਉੱਥੋਂ ਦੀ ਅਸੀਂ ਫਿਰ ਕੀ ਕਰਿਆ ਟ੍ਰੇਨ 'ਚ ਬੈਠਣ ਦਿੱਤਾ ਅਸੀਂ ਬੱਸ ਕਰਾ ਲਈ ਬੱਸ ਨਹੀਂ ਕਰਾਈ ਅਸੀਂ ਟੈਕਸੀ ਕਰਾ ਲਈ ਟੈਕਸੀ ਫੇਰ ਕਰੀ ਟੈਕਸੀ ਸੀਗੀ ਕੁਝ 1200 ਦੀ 1200 ਗ੍ਰੇਵਨ ਦੀ ਕਿਉਂਕਿ ਬਹੁਤ ਦੂਰ ਸੀਗਾ ਘੱਟੋ ਘੱਟ ਜ਼ਿਆਦਾ ਉਹ ਬਾਰਡਰ ਅਗਲਾ ਬਾਰਡਰ ਸੀ ਅਗਲਾ ਬਾਰਡਰ ਤੇ ਉੱਥੇ ਉਹਨੇ ਮੰਗੇ ਵੀ 2000 ਗ੍ਰੇਵਨ ਮੈਂ ਕਿਹਾ ਚੱਲ ਦੇ ਦਾਂਗੇ ਯਾਰ ਤੁਹਾਨੂੰ ਲੈ ਲਈ 2000 ਲੈ ਲਈ ਤੂੰ ਕੰਮ ਸਾਨੂੰ ਪਹੁੰਚਾ ਬਸ ਉਹ ਲਾਸਟ ਜਿਹੜਾ ਬਾਰਡਰ ਸੀ ਨਾ ਅਸੀਂ ਸੁਣੀ ਸੀ ਕਹਾਣੀਆਂ ਗੱਲਾਂ ਵੀ ਸੁਣੀਆਂ ਸੀ ਵੀ ਉੱਥੇ ਬਾਰਡਰ ਤੱਕ ਕੋਈ ਬੰਦਾ ਟੈਕਸੀ ਤੱਕ ਨਹੀਂ ਪਹੁੰਚਦਾ ਅੱਧੇ ਰਸਤੇ ਦੇ ਵਿੱਚ ਉਤਾਰਦੇ ਨੇ ਤੇ ਬੰਦੇ 40-40 ਕਿਲੋਮੀਟਰ ਪੈਦਲ ਜਾਂਦੇ ਆ ਡੋਂਕੀ ਲੱਗ ਗਈ ਸਮਝ ਲਓ ਇੱਕ ਤਰ੍ਹਾਂ ਦੀ ਪੈਦਲ ਜਾਂਦੇ ਆ ਸਮਾਨ ਰਸਤੇ 'ਚ ਪਏ ਹੁੰਦੇ ਆ ਲੋਕਾਂ ਨੂੰ ਉੱਥੇ ਤੱਕ ਜਾਣ ਨਹੀਂ ਦਿੰਦੇ ਤੁਸੀਂ 40-40 ਕਿਲੋਮੀਟਰ ਪੈਦਲ ਤੁਰਨਾ ਪੈਣਾ ਮੈਂ ਕਿਹਾ ਯਾਰ ਭਰਾ ਜਿੱਥੇ ਮਰਜ਼ੀ ਮੈਂ ਤੂੰ ਬਿਠਾ ਲੈ ਕੇ ਚੱਲ ਰੱਬ ਦੀ ਕਿਰਪਾ ਜੋ ਹੋਊਗਾ ਦੇਖਿਆ ਜਾਊਗਾ ਟੈਕਸੀ 'ਚ ਬਹਿ ਗਏ ਅੱਗੇ ਬਹੁਤ ਉਹਨਾਂ ਨੇ ਯੂਕਰੇਨੀਅਨ ਨੇ ਉਹ ਲਾਏ ਸੀਗੇ ਚੈਕਿੰਗ ਚੁੱਕਿੰਗ ਵਾਸਤੇ ਨਿਕਲੀ ਗਏ ਪਾਰ ਕਰਦੇ ਰਹੇ ਇਹੋ ਜਿਹੀ ਅੱਧੀ ਜਗ੍ਹਾ ਆ ਕੇ ਟੈਕਸੀ ਡਰਾਈਵਰ ਕਹਿੰਦਾ ਤੁਸੀਂ ਪਹਿਲੇ ਬੰਦੇ ਜਿਹਨਾਂ ਨੂੰ ਮੈਂ ਉਰੇ ਤੱਕ ਲਿਆਇਆ ਮੇ ਵੀ ਹੁਣ ਮੁਸ਼ਕਿਲ ਹੈ ਸ਼ਾਇਦ ਅੱਗੇ ਤੁਹਾਨੂੰ ਜਾਣ ਦੇਣ ਮਗਰ ਚੱਲ ਦੇਖੀ ਜਾਊਗੀ ਕੋਈ ਨਾ ਅਸੀਂ